ਚੱਲ ਰੱਖਦਾ ਬੇਬੜਾ ਭਾਈ ਕੰਪਰੇ ਹਾਂ ਚੱਲ ਇਹ ਨੂੰ ਆਹੀ ਕੰਮ ਹੈ ਕਰ ਹੈਲੋ ਗਾਈਜ਼ ਗੁੱਡ ਮੋਰਨਿੰਗ ਵੈਲਕਮ ਮਾਈ ਨਿਊ ਬਲੌਗ ਅਤੇ ਸਵੇਰੇ ਸਵੇਰੇ ਆ ਗਿਆ ਬਾਹਰ ਇੱਥੇ ਕੋਈ ਵੀ ਹੈ ਇਸ ਪਾਸੇ ਇੱਧਰ ਕੋਈ ਸਵੇਰੇ ਸਵੇਰੇ ਨਾ ਮੋਰਨਿੰਗ ਟਾਈਮ ਇੱਧਰ ਕੋਈ ਸਾਰੇ ਪਾਸੇ ਖਾਲੀ ਖਾਲੀ ਆਪਾਂ ਆਪ ਹੀ ਫਿਰਦੇ ਹਾਂਗੇ ਇੱਥੇ ਕੁਝ ਨਹੀਂ ਹੈ ਇੱਧਰ ਖੇਤ ਵਗੈਰਾ ਹੈਗੇ ਹੈਗੇ ਅਤੇ ਆਹ ਪਿੰਡ ਜਾਂਦੀ ਸੜਕ ਆਹ ਪਿੰਡ ਦਾ ਵਾਟਰ ਬਕਸ ਹੈਗਾ ਆਹ ਵਾਟਰ ਬਕਸ ਦਾ ਗੇਟ ਕਦੇ ਖੁੱਲ੍ਹਿਆ ਨਹੀਂ ਗਿਆ ਬੰਦ ਹੀ ਰਹਿੰਦਾ ਹਰ ਵਕਤ ਇਹ ਬਸ ਖੁੱਲ੍ਹ ਕੇ ਕਰਨਾ ਵੀ ਕੀ ਹੈ ਆਹ ਕੰਧ ਸੀ ਵਿਚਾਰੀ ਅਤੇ ਇਹਨੂੰ ਢਾਹ ਤਾ ਟਰੱਕ ਟਰਾਲਿਆਂ ਨੇ ਵਿੱਚ ਵਾਟਰ ਬਕਸ ਦੇ ਬਾਰਾ ਪੁੱਛ ਵੇਖਦੇ ਉਹ ਰੂਮ ਦੇ ਵਿੱਚ ਸੁਣ ਇੱਕ ਚੀਜ਼ ਦਿਖਾਉਣਾ ਅਗਿੰਦਰ ਤਾੜਿਆ ਰਿਹਾ ਤਾੜਨ ਗਿਆ ਅਵਿੰਦਰ ਵੜ ਕੇ ਠੰਡ 'ਚ ਖੜਾ ਪਤਾ ਨਹੀਂ ਪਾਣੀ ਜਨਾਉਂਦਾ ਰਹਿੰਦਾ ਹੈ ਆ ਰਹੀ ਕੋਈ ਦਿੱਕਤ ਹੈ ਇੱਧਰ ਇਹਦੇ ਅੰਦਰ ਪਾਣੀ ਦੇ ਵਾਲਾ ਆਹ ਵਿੱਚ ਵੜ ਕੇ ਖੜਾ ਆਰਾਮ ਦੇ ਟੋਰ ਨਾਲ ਆਪਾਂ ਨੂੰ ਵੇਖ ਚੁੱਪੀ ਕਰ ਗਿਆ ਖੇਡੀ ਜਾਂਦਾ ਸੀਗਾ ਪਹਿਲਾਂ ਵੇਖੀ ਵੇਖੀ ਆਪਾਂ ਖੜ ਕੇ ਵੇਖ ਕੇ ਚੁੱਪ ਕਰ ਗਿਆ ਅਤੇ ਸਾਡੀ ਦਾਣਾ ਮੰਡੀ ਹੈਗੀ ਅਤੇ ਹੁਣ ਤਾਂ ਸਾਫ਼ ਹੋ ਗਈ ਦਾਣਾ ਮੰਡੀ ਆ ਗਈ ਦਾਣਾ ਮੰਡੀ ਖਾਲੀ ਖਾਲੀ ਹੋ ਗਈ ਚਾਰ ਦਿਨ ਪਹਿਲਾਂ ਬਹੁਤ ਕਣਕ ਕਣਕ ਭਰੀ ਪਈ ਸੀ ਮਜ਼ਾ ਸਾਰੀ ਖਾਲੀ ਹੋ ਗਈ ਸੰਸਾਨ ਪੂਰਾ ਸਟਾਰਟ ਆਪਣਾ ਸਵੇਰੇ ਸਵੇਰੇ ਉੱਠ ਕੇ ਅਤੇ ਹੁਣ ਚੱਲਦੇ ਆਪਾਂ ਚੱਕੀ 'ਤੇ ਕਣਕ ਸਿੱਧਣਾ ਆਟੇ ਪਿਆਉਣ ਲਈ ਆਪਾਂ ਆਪਣਾ ਕਿੱਦਾਂ ਚੱਕਦੇ ਹਾਂ ਸਾਡੀ ਕੋਣ ਵੀ ਨਹਾਉਣ ਵਾਲਾ ਬੰਦਾ ਓਕੇ ਆਪਾਂ ਜਗ੍ਹਾ ਫਤਿਹ ਸਿੰਘ ਇਹ ਤੜਕ ਤੜਕੇ ਠੰਡੇ ਪਾਣੀ ਨਹਾਉਣ ਤਿਲਕ ਬੰਦੇ ਨੇ ਠੰਡੇ ਪਾਣੀ ਨਹਾਉਂਦਾ ਹਾਂ ਉਹ ਤੂੰ ਕਿੱਥੇ ਕਿੱਥੇ ਹੈਗਾ ਨਾ ਹੈਗਾ ਜਲਾ ਕੇ ਮਾਰਿਆ ਚੱਕ ਕੇ ਤਾਰੇ ਫੜਨ ਲੱਗ ਜਾਂਦਾ ਉਹ ਬਚ ਗਿਆ ਮੰਮੀ ਲੋਕ ਲਾਉਂਦੀ ਮਿੱਟੀ ਲਾਈ ਨਹੀਂ ਹੈ ਹੈ ਨਾ ਤੂੰ ਆਪਦੇ ਆਪ ਨੂੰ ਐਂ ਕਰਨਾ ਕਿਆ ਕਰ